परमिशन न्यूज़ चैनल हिम्मत सच दिखाती। मलोट विच एक नौजवान नु बंद के कोट मांग करन तो बाद अद्धा सिर गंजा करन ते एक साइड दी मुछ कट दी वीडियो वायरल हो रही है। पुलिस ने मौके ते पहुंच के नौजवान नु हस्पताल दाखिल करवाया है। थाना सिटी दे SHO मोहन लाल दे अनुसार पुलिस नु लड़के नाल कोट मार दी सूचना मिली सी, जिस तो बाद उस नु हस्पताल दाखिल करवाया गया है। फिलहाल हस्पताल तो कोई भी सूचना नहीं आई है। सूचना मिलन ते बंदी कार्रवाई की जाएगी। मुक्तसर तो बलवंत सिंह समय वाली दी खास रिपोर्ट। पंजाब दी हर तरह दी खबर देखने लई साडे चैनल नु सब्सक्राइब करो। लखन है ये मेरे ताए दा मुंडा जी, ते ओ कुड़ी आप ही दे कोल चल के आई सी। करे कल्ला हुंदा जी, ते मम्मी दी दिहाड़ी जांदे आ, ते ओ कुड़ी आप ही घरे आई फोन देण, इस नूं कुछ होर चॉकलेटां वगैरह देण, ते बाकी घर देख के एकदम उहदे मगर ही आ गए। कहिंदे इही दादा वी 4-5 मिंटां बाद पिछे आ गए आ। सो उन्हां ने बूहा खलाया, इहदे उत्थों ही सट्टां मारन लग गया। आपदे घरे लै के गए चक के, कुड़ी मोबाइल भी आपदा अपने घरे छड्ड गई, चप्पलां भी छड्ड गईआं आपदे अपने घरे, ते जिहड़ियां मुड़के इहनूं घरे लै गया, उत्थें लिजा के इहनूं बन्न के कुट्टिया। इहदा सिर मुन्ना गया, इहनूं बाथरूम पिया हैगा, ते इहनूं इन्ना कु उदों तक मारदे रहे जद तक इह बंदा बेहोश नहीं हो गया। ਸਾਡੇ ਕਹਿਣ 'ਤੇ ਵੀ ਉਹਨਾਂ ਨੇ ਨਹੀਂ ਛੱਡਿਆ। ਹਾਲਾਂਕਿ ਮੈਂ ਉਹਦੇ ਮੌਕੇ 'ਤੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਜੋ ਇਹਦੀ ਕਾਰਵਾਈ ਬਣਦੀ ਤੁਸੀਂ ਪੁਲਿਸ ਨੂੰ ਚੁਕਾ ਦਿਉ, ਜੇ ਇਹਨੇ ਮਾੜਾ ਕੀਤਾ ਆਪਦਾ ਆਪ ਭਰੂਗਾ। ਲੇਕਿਨ ਉਹਨਾਂ ਨੇ ਕੁਝ ਨਹੀਂ ਸੁਣਿਆ। ਉਹਨਾਂ ਨੇ ਸਿਰਫ ਅਤੇ ਸਿਰਫ ਇਹਨੂੰ ਬੰਨ੍ਹ ਕੇ ਅਤੇ ਮਾਰਨੀ ਸੀਗੇ, ਉਹ ਮਾਰੀ ਗਏ ਆ। ਉਦੋਂ ਮਗਰੋਂ ਜਦੋਂ ਇਹ ਬੇਹੋਸ਼ ਹੋ ਗਿਆ, ਉਹ ਛੱਡ ਕੇ ਅਤੇ ਆਪਦੇ ਆਪਦੇ ਘਰ ਹੋ ਗਿਆ। ਉੱਧਰੋਂ ਪੁਲਿਸ ਆਈ ਆ, ਪੁਲਿਸ ਨੇ ਇਹਨੂੰ ਚੱਕਿਆ, ਪੁਲਿਸ ਨੇ ਇਹਨਾਂ ਦੇ ਹੱਥ ਪੈਰ ਖੋਲ੍ਹੇ ਆ, ਪੁਲਿਸ ਦੀ ਗੱਡੀ 'ਚ ਹੀ ਪਾ ਕੇ ਇਹਨੂੰ ਹੋਸਪਿਟਲ ਦਾਖਲ ਕਰਾ ਕੇ ਗਏ ਪੁਲਿਸ ਵਾਲੇ ਹੀ। ਅਤੇ ਮੁੜ ਕੇ ਪੁਲਿਸ ਵਾਲੇ ਘਰੇ ਗਏ ਆਪਣੇ, ਉੱਥੋਂ ਆਪਾਂ ਉਹਨਾਂ ਨੂੰ ਚੱਪਲਾਂ, ਕੁੜੀ ਦੀਆਂ, ਮੋਬਾਈਲ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਬਰਾਮਦ ਕਰਾ ਕੇ, ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਦੇ ਵਾਲ ਵੱਢੇ ਗਏ ਮੁੰਡੇ ਦੇ, ਅਤੇ ਦੂਜਾ ਇਹਨੂੰ ਬਾਥਰੂਮ ਪਿਆਇਆ ਗਿਆ, ਬਾਕੀ 'ਤੇ ਸੱਟਾਂ ਮਾਰੀਆਂ। ਉਹ ਅੱਜ ਡਾਕਟਰ ਆਉਣਗੇ ਅਤੇ ਉਹ ਐਕਸਰੇ ਵਗੈਰਾ ਹੋਣਗੇ, ਉਦੋਂ ਪਤਾ ਲੱਗੇਗਾ ਵੀ ਕਿੰਨੀ ਕੁ ਇੰਜਰੀ ਹੈ ਅਤੇ ਕਿੰਨੀ ਕੁ ਨਹੀਂ। ਨਹੀਂ 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 ਕੁਝ ਵੀ ਨਹੀਂ ਇੱਦਾਂ ਦਾ ਹੋਇਆ। ਬਸ ਉਹਨਾਂ ਨੇ ਤਾਂ ਇੱਕ ਬਹਾਨਾ ਬਣਾ ਕੇ ਕੁੱਟਣਾ ਸੀਗਾ ਜੀ। ਕੁੜੀ ਉਹਨਾਂ ਦੀ ਆਪਦੀ ਗੱਲ ਤਾਂ, ਉਹ ਆਪ ਘਰੇ ਆਈ ਆ। ਅਸੀਂ ਕੁੜੀ ਨੂੰ ਪੁਲਿਸ ਵਾਲੇ ਵੀ ਗਏ ਸੀਗੇ, ਜਿਹੜੇ ਪੁਲਿਸ ਵਾਲਾ ਗਿਆ ਉਹਨੇ ਕੁੜੀ ਨੂੰ ਪੁੱਛਿਆ ਵੀ ਜਾ ਕੇ, ਕੁੜੀ ਨੇ ਆਪ ਨਹੀਂ ਦੱਸਿਆ ਕਿ ਮੈਂ ਖੁਦ ਹੀ ਘਰੇ ਗਈ ਸੀ ਇਹਨਾਂ ਦੀ, ਅਤੇ ਵੀ ਮੇਰੇ ਨਾਲ ਮੇਰੇ ਦਾਦਾ ਜੀ। ਨਹੀਂ ਇੱਦਾਂ ਦਾ ਕੋਈ ਗੱਲ ਹੁੰਦੀ ਤਾਂ ਅਸੀਂ ਆਪਦੇ ਨੂੰ ਵੈਸੇ ਹੀ ਸਮਝਾ ਦਿੰਦੇ, ਜਾਂ ਉਹਨਾਂ ਕੁੜੀ ਦੇ ਘਰੇ ਤਲਾਕ ਕਰਦੇ। ਸਾਨੂੰ ਤਾਂ ਉਹਨਾਂ ਨੇ ਕਦੇ ਦੱਸਿਆ ਹੀ ਨਹੀਂ ਵੀ ਤੁਹਾਡਾ ਮੁੰਡਾ ਜਾਂ ਸਾਡੀ ਕੁੜੀ ਗੱਲ ਤਾਂ ਇੱਦਾਂ ਦੀ ਕੋਈ ਗੱਲ ਆ। ਇੱਦਾਂ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ, ਨਹੀਂ ਤਾਂ ਅਸੀਂ ਕੁੜੀ ਦੇ ਘਰੇ ਜਾ ਕੇ ਕੁੜੀ ਦੇ ਮਾਂ ਪਿਓ ਨੂੰ ਕਹਿ ਸਕਦੇ ਸੀ ਵੀ ਤੁਹਾਡੀ ਕੁੜੀ ਸਾਂਭੋ। ਬਸ ਐਂ ਵੀ ਕੁੜੀ ਉਹ ਘਰੋਂ ਬਹਾਨਾ ਮਾਰ ਕੇ ਨਿਕਲ ਆਉਂਦੀ ਸਕੂਲ ਦਾ, ਟਿਊਸ਼ਨ ਦਾ, ਕਾਸੇ ਦਾ ਵੀ, ਅਤੇ ਇਹਨੂੰ ਆ ਕੇ ਤੰਗ ਕਰਦੀ ਹੁੰਦੀ ਸੀ। ਐਂ ਫਿਰ ਇਹ ਸਭ ਤੋਂ ਛੋਟਾ, ਇਹ ਡਰਦਾ, ਇਹ ਦੱਸਦਾ ਨਹੀਂ ਹੁੰਦਾ ਸੀਗਾ। ਉਹ ਤਾਂ ਸਾਨੂੰ ਜਦੋਂ ਕੱਲ੍ਹ ਇਹਨੂੰ ਬੰਨਿਆ ਗਿਆ ਅਤੇ ਕੁੱਟਿਆ ਗਿਆ, ਜਦੋਂ ਇਹ ਬੇਹੋਸ਼ ਹੋ ਗਿਆ, ਸਾਨੂੰ ਉਦੋਂ ਪਤਾ ਲੱਗਿਆ ਕਿ ਵੀ ਇਹ ਉਹਨਾਂ ਨੇ ਘਰ ਲੈ ਕੇ, ਘਰੋਂ ਕੱਢ ਕੇ ਲੈ ਕੇ ਗਏ। ਜਿਹੜੇ ਲੜਕੇ ਦੇ ਵਾਲ ਕੱਟੇ ਆ ਜੀ, ਉਹਨੂੰ ਕੁੱਟਿਆ ਵੀ ਹੈ, ਪੁਲਿਸ ਨੇ ਛੁਡਾ ਕੇ ਲਿਆ, ਕੀ ਮਾਮਲਾ ਕੀ ਹੈ ਜੀ? ਇਹ ਕੋਈ ਦੋਵੀਂ ਮੁਹੱਲੇ 'ਚ ਹੈਗਾ ਲੜਕਾ, ਇੱਕ ਆਨਲਾਈਨ ਲੜਕੇ ਸੀ, ਕਿਤੇ ਇਕੱਠੇ ਸੀਗੇ ਉੱਥੇ, ਅਤੇ ਪੇਰੈਂਟਸ ਨੂੰ ਪਤਾ ਲੱਗਿਆ, ਉਹਨਾਂ ਨੇ ਛੁਡਾ ਛੁਡੋ ਕੇ ਉਹਦੀ ਕੁੱਟਮਾਰ ਕੀਤੀ ਅਤੇ ਉਹਦੇ ਵਾਲ ਕੱਟੇ। ਪੁਲਿਸ ਨੂੰ ਇਤਲਾਹ ਆਈ ਸੀਗੀ, ਪੁਲਿਸ ਮੌਕੇ 'ਤੇ ਪੁੱਜ ਕੇ ਉਹਨਾਂ ਤੋਂ ਛੁਡਾ ਕੇ ਅਤੇ ਹੋਸਪਿਟਲ ਐਡਮਿਟ ਕਰਾਤਾ ਸੀਗਾ। ਪਰ ਅਜੇ ਸਾਨੂੰ ਉਦੋਂ ਅੱਗੋਂ ਹੋਸਪਿਟਲ ਤੋਂ ਕੋਈ ਇਨਫੋਰਮੇਸ਼ਨ ਨਹੀਂ ਆਈ। ਜਦੋਂ ਇਨਫੋਰਮੇਸ਼ਨ ਆ ਗਈ, ਉਸ ਮੁਤਾਬਕ ਬਣਦੀ ਕਾਰਵਾਈ ਆਉਣ 'ਚ। ਕੋਈ ਲੜਕੀ ਲੁੜਕੀ ਦਾ ਮਾਮਲਾ ਕੋਈ ਸਾਹਮਣੇ ਆ ਰਿਹਾ ਕਿ ਨਹੀਂ ਕੋਈ? ਵੈਸੇ ਇੱਦਾਂ ਦਾ ਮਾਮਲਾ ਹੈ, ਪਰ ਅਜੇ ਉਸ ਟਾਈਮ ਸਾਡੇ ਕੋਲ ਲੜਕੀ ਦਾ ਮੈਟਰ ਨਹੀਂ ਸਾਹਮਣੇ ਆਇਆ। ਉਦੋਂ ਲੜਕੇ ਦੀ ਮਾਰ ਪਿਟਾਈ ਹੋ ਰਹੀ ਸੀ।